ਪਿਕਚਰ ਅਲੀਗੜ੍ਹ ਨੂੰ ਪੁੱਛਦੇ ਹਾਂ ਕਿੱਦਾਂ ਦਾ ਲੱਗ ਰਿਹਾ ਆ ਕੇ, ਜਿਹੜਾ ਕੁਛ ਸੁਣਿਆ ਸੀਗਾ ਉਹ ਵਾਕਈ ਉੱਦਾਂ ਵਾ ਕਿ ਕੁਛ ਚੇਂਜ ਹੈ? ਹਾਂਜੀ ਜੀ, ਅਸੀਂ ਆਏ ਸੀ ਜੀ ਹੈਡ ਇਸਲਾਮ, ਕੁਛ ਵੀਡੀਓਜ਼ ਦੇਖੀਆਂ ਇੱਥੇ ਆਉਣਾ ਸੀਗਾ, ਇੱਥੇ ਬਹੁਤ ਜ਼ਿਆਦਾ ਕੁਛ ਵੀਡੀਓਜ਼ ਦੇਖਣ ਨੂੰ ਮਿਲੀਆਂ, ਸੁਣਨ 'ਚ ਮਿਲੀਆਂ ਕਿ ਇੱਥੇ ਨਾ ਹੈਡ ਇਸਲਾਮ 'ਚ ਬਹੁਤ ਜ਼ਿਆਦਾ ਖਤਰਾ ਇਹ ਸੀ ਜਿਹਦੇ ਇਰਦ ਗਿਰਦ ਦੇ ਜਿਹੜੇ ਇਲਾਕੇ ਆ, ਜਿਵੇਂ ਕਿ ਹਾਸਿਲਪੁਰ ਹੈਡ ਇਸਲਾਮ ਹੈ, ਹਾਸਿਲਪੁਰ ਲੁੱਟਣ ਵਿਹਾਰੀ ਵਿਹਾੜੀ ਨਾ, ਪਾਣੀ ਦਾ ਬਹਾਓ ਦਿਨ ਬ ਦਿਨ ਬਹੁਤ ਜ਼ਿਆਦਾ ਤੇਜ਼ ਹੋ ਰਿਹਾ। ਅੱਜ ਸੁਣਨ 'ਚ ਆਇਆ ਸੀ ਕਿ ਬਹਾਓ ਬਹੁਤ ਜ਼ਿਆਦਾ ਤੇਜ਼ ਹੋ ਗਿਆ ਵਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ ਆਈ ਆਲ ਯੂਟਿਊਬ ਫੈਮਿਲੀ, ਵੈਲਕਮ ਕਰਦਾ ਆਪਦੇ ਯੂਟਿਊਬ ਚੈਨਲ ਔਨ ਸੇਫ ਫੈਮਿਲੀ ਵਲੌਗ ਦੇ ਵਿੱਚ। ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ, ਅੱਲਾਹ ਤਾਲਾ ਸਭ ਨੂੰ ਠੀਕ ਠਾਕ ਰੱਖੇ, ਸਿਹਤ ਔਰ ਤੰਦਰੁਸਤੀ ਅਤਾ ਫਰਮਾਇਆ, ਆਮੀਨ ਸੁਮਾਮੀ। ਹਾਂਜੀ, ਅੱਜ ਆਏ ਹਾਂ ਅਸੀਂ ਹੈਡ ਇਸਲਾਮ, ਅਤੇ ਇੱਥੇ ਦੇ ਕੁਛ ਤੁਹਾਨੂੰ ਮਨਾਜ਼ਰ ਜਿਹੜੇ ਆ ਇੱਥੇ ਦੇ ਦਿਖਾਵਾਂਗੇ ਇਨਸ਼ਾਅੱਲਾ, ਜਿਹੜੇ ਅੱਛੇ ਅੱਛੇ ਹੋਏ, ਅਤੇ ਕੋਸ਼ਿਸ਼ ਕਰਾਂਗੇ ਅੱਛੇ ਦਿਖਾਈਏ ਕਿ ਜਿਹੜਾ ਇੱਥੇ ਦਾ ਹਾਲਾਤ ਆ, ਯਾਨੀ ਕਿ ਪਾਣੀ ਦਾ ਭਾਓ ਕਿੰਨਾ ਵਾ, ਜ਼ਿਆਦਾ ਵਾ, ਕੰਮ ਆ, ਕੀ ਹਿਸਾਬ ਕਿਤਾਬ, ਉਹ ਤੁਹਾਨੂੰ ਦਿਖਾਉਂਦੇ ਹਾਂ। ਗੇਟਸ ਹੈ ਵੋ ਲਗੇ ਹੋਏ ਹੈ, ਔਰ ਇਸਕੇ ਇਲਾਵਾ ਜੋ ਗੇਟਸ ਹੈ ਉਨਕੇ ਅੰਦਰ ਸੇ ਇਤਨਾ ਜ਼ਿਆਦਾ ਪਾਣੀ ਆ ਰਹਾ ਹੈ। ਉਧਰ ਜੀ ਕਾਮ ਖੇਤਰ ਹੈ, ਕਿਉਂਕਿ ਉਧਰ ਦਾ ਇਲਾਕਾ ਤੁਸੀਂ ਦੇਖ ਸਕਦੇ ਹੋ ਕਿ ਇੱਧਰੋਂ ਪਾਣੀ, ਯਾਨੀ ਕਿ ਦਰਵਾਜ਼ੇ ਜਿਹੜੇ ਥੋੜ੍ਹੇ ਥੋੜ੍ਹੇ ਖੁੱਲ੍ਹੇ ਹੋਏ ਆ, ਪਾਣੀ ਜਿਹੜਾ ਆ ਨਹਿਰਾਂ ਨੂੰ ਜਾ ਰਿਹਾ ਵਾ। ਇੱਧਰੋਂ ਦੋ ਨਹਿਰਾਂ ਜਾਂਦੀਆਂ ਵਾ, ਇੱਕ ਇੱਥੇ ਆ ਇਸ ਜਗ੍ਹਾ 'ਤੇ ਆ, ਅਤੇ ਇੱਕ ਉਹ ਥੋੜ੍ਹਾ ਜਿਹਾ ਪਰਾਂ ਕਰਕੇ ਹੈਗੀ ਹੈ, ਯਾਨੀ ਕਿ ਇਹਦੇ ਨਾਲ ਹੀ ਦੂਸਰੀ, ਅਤੇ ਯਾਨੀ ਕਿ ਉਹ ਹੋਰ ਸਾਈਡ 'ਤੇ ਜਾਂਦਾ ਪਾਣੀ। ਅਤੇ ਇਹ ਹੈਡ ਇਸਲਾਮ ਆ, ਅਤੇ ਬਾਬਾ ਜਾਨੀ ਸਿਸਟਰ ਦੀ ਵੀਡੀਓ ਬਣਾ ਰਹੇ ਨੇ, ਅਤੇ ਦੂਸਰਾ ਦੇਖ ਲਓ ਵਿਊ ਇੱਥੇ ਦਾ, ਪਾਣੀ ਦਾ ਸ਼ੋਰ ਚੈੱਕ ਕਰੋ ਕਿੰਨਾ ਆਉਣ ਡਿਆ। ਹਾਂਜੀ ਜੀ, ਹੁਣ ਸਿਸਟਰ ਅਲੀਗੜ੍ਹ ਨੂੰ ਪੁੱਛਦੇ ਹਾਂ ਕਿੱਦਾਂ ਦਾ ਲੱਗ ਰਿਹਾ ਆ ਕੇ, ਜਿਹੜਾ ਕੁਛ ਸੁਣਿਆ ਸੀਗਾ ਉਹ ਵਾਕਈ ਉੱਦਾਂ ਵਾ ਕਿ ਕੁਛ ਚੇਂਜ ਹੈ? ਹਾਂਜੀ ਜੀ, ਅਸੀਂ ਆਏ ਸੀ ਜੀ ਹੈਡ ਇਸਲਾਮ, ਕੁਛ ਵੀਡੀਓਜ਼ ਦੇਖੀਆਂ ਇੱਥੇ ਆਉਣਾ ਸੀਗਾ, ਇੱਥੇ ਬਹੁਤ ਜ਼ਿਆਦਾ ਕੁਛ ਵੀਡੀਓਜ਼ ਦੇਖਣ ਨੂੰ ਮਿਲੀਆਂ, ਸੁਣਨ 'ਚ ਮਿਲੀਆਂ ਕਿ ਇੱਥੇ ਨਾ ਹੈਡ ਇਸਲਾਮ 'ਚ ਬਹੁਤ ਜ਼ਿਆਦਾ ਖਤਰਾ ਇਹ ਸੀ ਕਿ ਜਿਹਦੇ ਇਰਦ ਗਿਰਦ ਦੇ ਜਿਹੜੇ ਇਲਾਕੇ ਆ, ਜਿਵੇਂ ਕਿ ਹਾਸਿਲਪੁਰ ਹੈਡ ਇਸਲਾਮ ਹੈ, ਹਾਸਿਲਪੁਰ ਲੁੱਟਣ ਵਿਹਾਰੀ ਵਿਹਾੜੀ ਨਾ, ਪਾਣੀ ਦਾ ਬਹਾਓ ਦਿਨ ਬ ਦਿਨ ਬਹੁਤ ਜ਼ਿਆਦਾ ਤੇਜ਼ ਹੋ ਰਿਹਾ। ਅੱਜ ਸੁਣਨ 'ਚ ਆਇਆ ਸੀ ਕਿ ਬਹਾਓ ਬਹੁਤ ਜ਼ਿਆਦਾ ਤੇਜ਼ ਹੋ ਗਿਆ ਵਾ। ਪਾਣੀ ਦਾ ਬਹਾਓ ਰੇਲੇ ਜਿਹੜੇ ਆ ਰਹੇ ਆ, ਲੇਕਿਨ ਕੰਟਰੋਲ ਵਿੱਚ ਵਾ, ਬੰਦ ਵਗੈਰਾ ਵੀ ਲਗਾਇਆ ਗਿਆ ਵਾ, ਇਹ ਕਿ ਪਾਣੀ ਨਹੀਂ ਹੈਗਾ, ਬਾਕੀ ਹੈਗਾ ਵਾ, ਲੇਕਿਨ ਕੰਟਰੋਲ ਦੇ ਵਿੱਚ ਵਾ, ਔਰ ਜਗ੍ਹਾ ਦੀ ਜਿਹੜੀ ਹੋਰ ਆ ਜਗ੍ਹਾ ਦੀ ਮੁਨਾਸਿਬ ਹੋਰ ਉਹਨਾਂ ਦੇ ਮੁਨਾਸਿਬ ਠੀਕ ਆ, ਨੋਰਮਲ ਪਾਣੀ ਆ, ਯਾਨੀ ਕਿ ਅੱਗੇ ਨਾਲੋਂ ਪਾਣੀ ਥੋੜ੍ਹਾ ਜ਼ਿਆਦਾ ਵਾ, ਮਗਰ ਨੋਰਮਲ ਹੈ, ਕੰਟਰੋਲ 'ਚ ਹੈ। ਹਾਂਜੀ, ਹੋਰ ਜੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸੈਲਾਬ ਸੁਲਗਾਨ ਆ, ਜਿੱਥੇ ਜਿੱਥੇ ਸੈਲਾਬ ਆਇਆ ਉਹਨਾਂ ਤੱਕ ਵੀ ਅੰਦਾਜ਼ ਪਹੁੰਚਾਈ ਜਾ ਰਹੀ ਆ, ਆਰਮੀ ਕੈਂਪ ਲੱਗੇ ਹੋਏ ਆ, ਤੁਹਾਨੂੰ ਚਾਹੀਦਾ ਕਿ ਤੁਸੀਂ ਹਰ ਸਿਟੀ ਦੇ ਵਿੱਚ ਹੀ ਕੈਂਪ ਲੱਗੇ ਹੋਏ ਆ, ਤੁਹਾਨੂੰ ਚਾਹੀਦਾ ਕਿ ਤੁਸੀਂ ਉਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਜਿਵੇਂ ਅੰਦਾਜ਼ ਹੋ ਸਕੇ ਤੁਸੀਂ ਕਰੋ, ਅਤੇ ਅਗਰ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਕਿਉਂਕਿ ਹਾਲਾਤ ਤੁਹਾਨੂੰ ਖੁਦ ਨੂੰ ਨਹੀਂ ਪਤਾ ਕਿੱਦਾਂ ਦੇ, ਲੇਕਿਨ ਤੁਹਾਡੇ ਕੋਲ ਜਿੰਨਾ ਹੋ ਸਕੇ ਤੁਸੀਂ ਉਹਨਾਂ ਦੀ ਸਪੋਰਟ ਕਰੋ, ਅਤੇ ਕਿਉਂਕਿ ਉਹਨਾਂ ਦੇ ਘਰ ਵੀ ਬਾਕੀ ਨਹੀਂ ਰਹੇ, ਲੋਕਾਂ ਦੀਆਂ ਜਾਨਾਂ ਬਹੁਤ ਜ਼ਿਆਦਾ ਗਈਆਂ, ਉਹਨਾਂ ਦੇ ਰਹਿਣ ਦਾ ਕੋਈ ਟਿਕਾਣਾ ਨਹੀਂ, ਉਹਨਾਂ ਦੇ ਖਾਣ ਪੀਣ ਦਾ ਕੁਛ ਨਹੀਂ ਹੈਗਾ, ਪਾਣੀ ਤੱਕ ਨਹੀਂ ਹੈਗਾ, ਹੋਰ ਇਸ ਤੋਂ ਇਲਾਵਾ ਜਿਹੜਾ ਪਾਣੀ ਇੰਨਾ ਪਾਣੀ ਦਾ ਬਹਾਓ ਆਇਆ, ਇੰਨਾ ਸਾਰਾ ਪਾਣੀ ਆਇਆ, ਇਹਨਾਂ ਦੇ ਨਾਲ ਦੀ ਬਿਮਾਰੀਆਂ ਬਹੁਤ ਜ਼ਿਆਦਾ, ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲ ਰਿਹਾ, ਕੋਈ ਨਾ ਕੋਈ ਨਹੀਂ ਬਿਮਾਰੀ, ਤਾਂ ਤੁਸੀਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ, ਥੋੜ੍ਹਾ ਥੋੜ੍ਹਾ ਲਾ ਕੇ ਹੀ ਬੇਸ਼ੱਕ ਸਪੋਰਟ ਕਰੋ, ਲੇਕਿਨ ਜਿੰਨਾ ਹੋ ਸਕਦਾ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਬਿਨਾਂ ਦਿਖਾਵੇ ਤੋਂ। ਹਾਂਜੀ, ਇੱਥੇ ਦੀ ਹੈਡ ਇਸਲਾਮ ਜਿਹੜੀ ਇੱਥੇ ਦੀ ਸੂਰਤ ਹਾਲ ਆ, ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਪਹੁੰਚੇ ਹਾਂ ਹੈਡ ਇਸਲਾਮ ਦੇ ਮੌਜੂਦ ਹਨ, ਕਿਉਂਕਿ ਇਹਨੂੰ ਕੀ ਪਿੱਛੋਂ ਹੈਡ ਸੁਲੇਮਾਨ ਕੀ ਲੱਗਦਾ ਵਾ,
जो कि बहावल नगर में मौजूद है उसे भी पानी का बहाव काफ़ी कंट्रोल किया गया है। इस वजह से भी इतने पानी का बहाव जो है काफ़ी कंट्रोल इस तरह कंट्रोल भी था। काफ़ी ज़्यादा कम चल रहा वा, बंद वगैरह बनाया जा रहा वा, तकरीबन अद्धा हेड स्लम जरा वा वो बंद किया गया हो, काफ़ी अर्से का कम चल रहा। अगर इस तरीके ही जुदा कि डैम वगैरह बनाए जाते पाकिस्तान के अज तक इस तरीके सैलाब आया ये नहीं होना, तो इतना लोगों दाना भी नहीं जानिया, ना ही तो घर तबाह होने से, ना घर दोबारा बनता, रोज़ ही आंटी रोटी नहीं पूरी होंगी, घर दोबारा कितों बनना, तो उ रोज़ कोई ना कोई नवी मुश्किल देखने को मिलती है, रोज नया कोई कुछ ना कुछ देखने को मिलता। हूँ लोगों दाना तक आ गई कि सैलाब आ रहा वा, यही अगर जरा पहले पैसा वगैरह कट्ठा कर रहे थे, पहले डैम वगैरह बनाया जा रहा है, टैक्स जरा कट रहा है, बिल्ला वगैरह सारा कुछ, वो भी इन्ना ज़्यादा रोज़ रोज़ ना, वो भी कुछ ना कुछ टेंशन परेशानी, वो भी कुछ ना कुछ इदा करके ना डैम का कम किया जाता, ताकि जरा लोगों की चलो होर नहीं तो लोगों की जान तो बच जाती, तो थोड़ा ही चाहिए कि मुसलमान ही मिल के आपस जरा ना बहुत ज़्यादा हेल्प करें, जिदा कि थोड़ा थोड़े को हो सकता, होर यही कहना चाहवा। हेलो।